ਹੈਲੋ एवरीवन ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਸਕੂਲ ਤੇ ਕਾਲਜਸ ਦੇ ਵਿੱਚ ਜੋ ਨਿਊ ਵੈਕੈਂਸੀਜ਼ ਆਈਆਂ ਨੇ ਉਹਨਾਂ ਦੀ ਗੱਲ ਕਰਦੇ ਹਾਂ ਤੇ ਫਰਸਟ ਹੈ ਜੀ ਡੈਲੀ ਪਬਲਿਕ ਸਕੂਲ ਖੰਨਾ ਜਿੱਥੇ ਪੀਜੀਟੀ ਟੀਜੀਟੀ ਤੇ ਪੀਆਰਟੀ ਦੀਆਂ ਵੈਕੈਂਸੀਜ਼ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਪੋਲੀਟੀਕਲ ਸਾਇੰਸ ਮੈਥਮੈਟਿਕਸ ਪੰਜਾਬੀ ਪ੍ਰੀ ਪ੍ਰਾਇਮਰੀ ਟੀਚਰ ਦੀਆਂ ਤੇ ਇਸ ਤੋਂ ਬਿਨਾਂ ਪੀਏ2 ਦਾ ਪ੍ਰਿੰਸੀਪਲ ਵੀ ਚਾਹੀਦਾ ਹੈ ਇਸ ਦੇ ਰਿਗਾਰਡਿੰਗ ਤੁਸੀਂ ਜੋ ਇਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੈ ਇੱਥੇ ਤੁਸੀਂ ਸਰਚ ਕਰ ਸਕਦੇ ਹੋ ਕਿ ਇਹਨਾਂ ਵਿੱਚ ਕੀ ਕੀ ਵੈਕੈਂਸੀ ਦੇ ਲਈ ਐਲੀਜੀਬਿਲਟੀ ਹੈ ਜੋ ਕਹੀ ਗਈ ਹੈ ਨੈਕਸਟ ਹੈ ਜੀ ਅਸ਼ੋਕਾ ਲਾਅ ਕਾਲਜ ਇਹ ਹੈ ਕਠੂਆ ਦੇ ਵਿੱਚ ਹੈ ਇੱਥੇ ਪੋਸਟ ਆਫ ਪ੍ਰਿੰਸੀਪਲ ਜੋ ਹੈ ਇੱਕ ਰਿਕੁਆਇਰਡ ਹੈ ਪੀ ਐਚ ਡੀ ਲਾਅ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਲਾਅ ਕਾਲਜ ਦੀ ਹੈ ਤਾਂ ਇਸ ਦੇ ਰਿਗਾਰਡਿੰਗ ਵੀ ਤੁਹਾਨੂੰ ਕੰਟੈਕਟ ਨੰਬਰ ਪ੍ਰੋਵਾਈਡ ਕੀਤੇ ਗਏ ਨੇ ਤੁਸੀਂ ਉੱਥੇ ਜੋ ਹੈ ਕੰਟੈਕਟ ਕਰ ਸਕਦੇ ਹੋ ਨੈਕਸਟ ਹੈ ਜੀ ਜੈ ਵਰਟੀਕਾ ਪਬਲਿਕ ਸਕੂਲ ਸੀਬੀਐਸਸੀ ਇਹ ਹੈ ਜੀ ਬਰਨਾਲਾ ਪੰਜਾਬ ਦਾ ਪੀਜੀਟੀ ਦੇ ਦੇ ਵਿੱਚ ਵੈਕੈਂਸੀਜ਼ ਨੇ ਕੈਮਿਸਟਰੀ ਤੇ ਇਕਨੋਮਿਕਸ ਦੀ ਟੀਜੀਟੀ ਦੀਆਂ ਨੇ ਇਸ ਤੋਂ ਬਿਨਾ ਆਰਟ ਤੇ ਕraft ਟੀਚਰ ਦੀ ਹੈ ਕਾਊਂਟਸ ਆਫੀਸਰਸ ਦੀਆਂ ਨੇ ਪ੍ਰਾਇਮਰੀ ਟੀਚਰ ਦੀਆਂ ਕਿੰਡਰਗਾਰਟਨ ਟੀਚਰਸ ਦੀਆਂ ਤੇ ਇਹਨਾਂ ਦੇ ਰਿਗਾਰਡਿੰਗ ਇਹਨਾਂ ਨੇ ਤੁਹਾਨੂੰ ਰਿਜ਼ਿਊਮੇ ਕਿਹਾ ਹੈ ਸੈਂਡ ਕਰ ਸਕਦੇ ਹੋ ਤੁਸੀਂ ਜੋ ਈਮੇਲ ਦਿੱਤੀ ਹੈ ਇਸ ਤੋਂ ਬਿਨਾ ਕੰਟੈਕਟ ਨੰਬਰ ਵੀ ਦਿੱਤੇ ਗਏ ਹਨ ਨੈਕਸਟ ਹੈ ਜੀ ਪੋਇੰਟਮੈਂਟਸ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੀਆਂ ਫੈਕਲਟੀ ਪੋਜੀਸ਼ਨਸ ਨੇ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰਸ ਦੀਆਂ ਇਹਨਾਂ ਦੀ ਜੋ ਵੈਬਸਾਈਟ ਹੈ ਇਸ ਤੇ ਤੁਸੀਂ ਦੇਖ ਸਕਦੇ ਹੋ ਆਨਲਾਈਨ ਐਪਲੀਕੇਸ਼ਨਸ 4 ਫਰਵਰੀ ਤੋਂ ਨੇ 4 ਮਾਰਚ ਤੋਂ ਨੇ ਜੋ ਸਟਾਰਟ ਲਾਸਟ ਡੇਟ ਹੈ ਲਾਸਟ ਡੇਟ ਦਿੱਤੀ ਗਈ ਹੈ ਜੀ ਇਹਨਾਂ ਦੀ ਜੋ ਲਾਸਟ ਡੇਟ ਹੈ ਉਹ 4 ਮਾਰਚ ਹੈ ਤੇ ਸਟਾਰਟ ਕਦੋਂ ਤੋਂ ਹੈ 1 ਫਰਵਰੀ ਤੋਂ 5 ਵਜੇ ਤੱਕ 4 ਮਾਰਚ ਹੈ ਜੋ ਤੁਸੀਂ ਫਾਰਮ ਨੇ ਜੋ ਆਪਣੇ ਫਿਲ ਕਰ ਸਕਦੇ ਹੋ ਨੈਕਸਟ ਹੈ ਜੀ ਆਕਸਫੋਰਡ ਸਕੂਲ ਆਫ এডੂਕੇਸ਼ਨ ਭਗਤਾ ਭਾਈ ਕਾ ਬਠਿੰਡੇ ਦੇ ਵਿੱਚ ਇੱਥੇ ਵੀ ਨਿਊ ਸੈਸ਼ਨ ਦੇ ਲਈ ਪੀਜੀਟੀ ਦੇ ਵਿੱਚ ਇਸ ਤੋਂ ਬਿਨਾ ਪੀਆਰਟੀ ਦੇ ਲਈ ਟੀਜੀਟੀ ਦੇ ਲਈ ਜੋ ਵੈਕੈਂਸੀਜ਼ ਨੇ ਜੋ ਪੋਸਟਾਂ ਨੇ ਔਰ ਕੱਡੀਆਂ ਗਈਆਂ ਨੇ ਇਸ ਦੇ ਰਿਗਾਰਡਿੰਗ ਤੁਸੀਂ ਆਪਣਾ ਜੋ ਰੈਜ਼ਿਊਮੇ ਹੈ ਉਹ ਇੱਥੇ ਮੇਲ ਤੇ ਸੈਂਡ ਕਰ ਸਕਦੇ ਹੋ ਨੈਕਸਟ ਹੈ ਜੀ ਐਡ ਮਾਉਂਟਵਰਡ ਸਕੂਲ ਇਹ ਹੈ ਨਾਬਾ ਪੰਜਾਬ ਦੇ ਵਿੱਚ ਟੀ ਜੀ ਟੀ ਪੀ ਜੀ ਟੀ ਟੀਚਰਸ ਚਾਹੀਦੇ ਨੇ ਫਿਜ਼ਿਕਸ ਕੈਮਿਸਟਰੀ ਇੰਗਲਿਸ਼ ਪੰਜਾਬੀ ਕਾਉਂਸਲਰ ਲਾਇਬ੍ਰੇਰੀਅਨ 2024-25 ਸੈਸ਼ਨ ਦੇ ਲਈ ਸੈਲਰੀ ਪੈਕੇਜ ਵਧੀਆ ਹੋਵੇਗਾ ਤੇ ਰਿਜ਼ਿਊਮੇ ਤੁਸੀਂ ਇੱਥੇ ਦੇਣਾ ਹੈ ਕੈਰੀਅਰਸ ਵਾਲਾ ਜੋ ਇਹਨਾਂ ਨੇ ਈਮੇਲ ਆਪਾਂ ਨੂੰ ਜੋ ਪ੍ਰੋਵਾਈਡ ਕਰਵਾਈ ਗਈ ਹੈ ਨੈਕਸਟ ਹੈ ਜੀ ਡੀ ਏ ਵੀ ਪਬਲਿਕ ਸਕੂਲ ਡੀ ਏ ਵੀ ਕਾਲਜ ਮੈਨੇਜਿੰਗ ਕਮੇਟੀ ਦੁਆਰਾ ਇਹਦੇ ਆਏ ਆਨਲਾਈਨ ਐਪਲੀਕੇਸ਼ਨਸ ਨੇ ਸਕੂਲਸ ਦੇ ਵਿੱਚ 31 ਇੱਕ ਤੋਂ ਸਟਾਰਟ ਨੇ 11 ਫਰਵਰੀ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਵੇਰੀਅੰਸ ਸਕੂਲ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਪੋਸਟਸ ਨੇ ਇਹ ਜੋ ਉਹਨਾਂ ਨੇ ਵੈਬਸਾਈਟ ਪ੍ਰੋਵਾਈਡ ਕੀਤੀ ਗਈ ਹੈ ਇੱਥੇ ਤੁਸੀਂ ਜੋ ਹੈ ਅਪਲਾਈ ਕਰ ਸਕਦੇ ਹੋ ਜਾ ਕੇ ਵਿਜ਼ਿਟ ਕਰ ਲਓ ਸੀਬੀਟੀ ਕੰਪਿਊਟਰ ਬੇਸਡ ਟੈਸਟ ਹੋਵੇਗਾ ਤੇ ਇਸ ਤੋਂ ਬਾਅਦ ਹੈ ਜੋ ਪੈਨਲ ਇੰਟਰਵਿਊ ਹੋਵੇਗੀ ਜਸ ਦੇ ਬੇਸ ਤੇ ਹੀ ਜੋ ਫਾਈਨਲ ਸਿਲੈਕਸ਼ਨ ਹੈ ਹੋਵੇਗੀ ਨੈਕਸਟ ਹੈ ਜੀ ਐਸਟੀਐਸ ਵਰਲਡ ਸਕੂਲ ਇਹ ਹੈ ਜੀ ਜਲੰਧਰ ਦੇ ਵਿੱਚ ਇੱਥੇ ਵੀ ਸਟਾਫ ਚਾਹੀਦਾ ਹੈ ਪੀਜੀਟੀ ਦੇ ਲਈ ਨੈਕਸਟ ਹੈ ਜੀ ਪੀਜੀਟੀ ਮਿਨੀਮਮ ਸੈਲਰੀ ਕਿੰਨੀ ਹੋਵੇਗੀ ਹੈਡ ਮਿਸਟਰੀਜ਼ ਪੀਆਰਟੀ ਤੇ ٹیਜੀਟੀ ਐਸ ਦੇ ਰਿਗਾਰਡਿੰਗ ਵੀ ਤੁਸੀਂ ਰਿਜ਼ਿਊਮੇ ਹੈ ਜੋ ਇਹਨਾਂ ਨੇ ਜੋ ਮੇਲ ਦਿੱਤੀ ਗਈ ਹੈ ਇੱਥੇ ਸੈਂਡ ਕਰ ਸਕਦੇ ਹੋ ਨੈਕਸਟ ਹੈ ਜੀ ਆਦਰਸ਼ ਮੈਮੋਰੀਅਲ ਕਾਲਜ ਫਾਰ ਔਮਨ ਅਬੋਹਰ ਆਨਲਾਈਨ ਐਪਲੀਕੇਸ਼ਨ ਪੋਸਟ ਆਫ ਪ੍ਰਿੰਸੀਪਲ ਲਈ ਚਾਹੀਦੀਆਂ ਨੇ ਤੇ ਇਸ ਦੇ ਰਿਗਾਰਡਿੰਗ ਜੋ ਹੈ 30 ਡੇਜ਼ ਦੇ ਵਿੱਚ ਵਿੱਚ ਜੋ ਐਪਲੀਕੇਸ਼ਨਸ ਨੇ ਇਹਨਾਂ ਨੇ ਮੰਗੀਆਂ ਨੇ ਨੈਕਸਟ ਹੈ ਜੀ ਪ੍ਰਾਇਮਰੀ ਟੀਚਰ ਰਿਕਰੂਟਮੈਂਟ ਹੈ ਸੈਸ਼ਨ 24-25 ਦੇ ਲਈ ਕਪੂਰਥਲਾ ਦੇ ਵਿੱਚ ਈਲਿਜੀਬਿਲਟੀ ਦਾ सीटेट ਪੀਐਸਟਟਰਨ ਚਾਹੀਦਾ ਹੈ ਗੁੱਡ ਇੰਗਲਿਸ਼ ਸਪੀਕਿੰਗ ਸਕਿਲਸ ਹੋਣੀਆਂ ਚਾਹੀਦੀਆਂ ਰੈਜ਼ਿਊਮੇ ਤੁਸੀਂ ਹੈ ਇਸ ਮੇਲ ਤੇ ਸੈਂਡ ਕਰ ਸਕਦੇ ਹੋ ਨੈਕਸਟ ਹੈ ਜੀ ਦਰਸ਼ਨ ਅਕੈਡਮੀ ਲੁਧਿਆਣਾ ਸੀਬੀਐਸਸੀ ਨਾਲ ਅਫੀਲੀਏਟਡ ਹੈ ਇੱਥੇ ਵੀ ਰਿਕੁਆਇਰਸ ਇਨ ਹੈਲਥ ਤੇ ਵੈਲਨੈਸ ਟੀਚਰ ਚਾਹੀਦਾ ਹੈ ਪਜੀਟੀ ਫਿਜ਼ੀਕਲ ਐਜੂਕੇਸ਼ਨ ਦਾ ਟਜੀਟੀ ਇੰਗਲਿਸ਼ ਲਈ ਚਾਹੀਦਾ ਹੈ ਪੀਆਰਟੀ ਇੰਗਲਿਸ਼ PRT ਹਿੰਦੀ PRT ਮਦਰ ਟੀਚਰਸ ਪੂਰ ਟੀਚਰ ਰੈਜ਼ਿਊਮੇ ਜੋ ਹੈ ਤੁਸੀਂ ਇੱਥੇ ਜੋ ਮੇਲ ਦਿੱਤੀ ਗਈ ਹੈ ਉੱਥੇ ਸੈਂਡ ਕਰ ਸਕਦੇ ਹੋ ਨੈਕਸਟ ਹੈ ਜੀ ਕੈਲੀਫੋਰਨੀਆ ਪਬਲਿਕ ਸਕੂਲ ਇਹ ਮੋਗੇ ਦੇ ਵਿੱਚ ਹੈ ਜੀ ਇੱਥੇ ਵੀ TGT PRT ਦੀਆਂ ਜੋ ਵੈਕੈਂਸੀਜ਼ ਨੇ ਨਿਕਲੀਆਂ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਨੇ ਜੋ ਈਮੇਲ ਪ੍ਰੋਵਾਈਡ ਕੀਤੀ ਗਈ ਹੈ ਤੁਸੀਂ ਉੱਥੇ ਆਪਣਾ ਰੈਜ਼ਿਊਮੇ ਸੈਂਡ ਕਰ ਸਕਦੇ ਹੋ ਨੈਕਸਟ ਹੈ ਜੀ ਲੇਕਵੁੱਡ ਸਕੂਲ ਪੱਖੋਵਾਲ ਰੋਡ ਲੁਧਿਆਣਾ PPRT ਲਈ PRT TGT ਤੇ PGT ਲਈ ਜੋ ਨੇ ਪੋਸਟਸ ਨਿਕਲੀਆਂ ਨੇ ਤਾਂ ਇੱਥੇ ਰਾਜ ਜੋ ਹੈ ਆਪਾਂ ਨੂੰ ਇਦਨਾ ਵੱਲੋਂ ਈਮੇਲ ਪ੍ਰੋਵਾਈਡ ਕਰਵਾਈ ਗਈ ਹੈ ਕੰਟੈਕਟ ਨੰਬਰ ਵੀ ਦਿੱਤਾ ਗਿਆ ਹੈ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ। ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਮਰਸ ਮੈਨੇਜਮੈਂਟ ਸਟੱਡੀਜ਼ ਦਿੱਲੀ ਨੇ ਜੋ ਪੋਸਟਾਂ ਨਿਕਲੀਆਂ ਨੇ ਇਸ ਦੇ ਰਿਗਾਰਡਿੰਗ ਵੀ ਤੁਸੀਂ ਦੇਖ ਸਕਦੇ ਹੋ। ਨੈਕਸਟ ਹੈ ਜੀ ਗਰਲਸ ਗੁਰੂ ਕਾਲਜ ਹੈ ਜੇ ਕੈਥਲ ਹਰਿਆਣਾ ਦੇ ਵਿੱਚ ਪ੍ਰਿੰਸੀਪਲ ਚ ਵਾਈਸ ਪ੍ਰਿੰਸੀਪਲ ਚਾਹੀਦਾ ਹੈ ਕੋਚਿੰਗ ਐਕਸਪਰਟਸ ਚਾਹੀਦੇ ਨੇ। ਇਹਨਾਂ ਨੇ ਵੀ ਈਮੇਲ ਪ੍ਰੋਵਾਈਡ ਕਰਵਾਈ ਗਿਆ ਜਿੱਥੇ ਤੁਸੀਂ ਆਪਣੀ ਸੀਵੀ ਸੈਂਡ ਕਰ ਸਕਦੇ ਹੋ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਹੈ ਜੀ ਮੁਕੇਰੀਆਂ ਟਾਂਡਾ ਦੇ ਵਿੱਚ ਇੱਥੇ ਪ੍ਰਿੰਸੀਪਲ ਐਨਟੀਟੀ ਪੀਆਰਟੀ ਟੀਜੀਡੀ ਤੇ ਪੀਜੀਟੀ ਦੀਆਂ ਇਸ ਤੋਂ ਬਿਨਾਂ ਕੋਆਰਡੀਨੇਟਰ ਦੇ ਐクセਪਸ਼ਨਿਸਟ ਦੀਆਂ ਵੈਕੈਂਸੀਜ਼ ਨੇ ਉਹਨਾਂ ਨਿਕਲੀਆਂ ਹੋਈਆਂ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਜੀ ਵਾਕ ਇਨ ਇੰਟਰਵਿਊ ਹੋਵੇਗੀ 3 ਫਰਵਰੀ ਨੂੰ ਮਾਤਾ ਗੁਜਰੀ ਸੀਨੀਅਰ ਸਕੈਂਡੀ ਸਕੂਲ ਦੇਵੀਗੜ ਪਟਿਆਲਾ ਦੇ ਵਿੱਚ ਟਾਈਮਿੰਗ ਹੈ 9:30 ਤੋਂ 1 ਵਜੇ ਦੇ ਵਿੱਚ ਵਿੱਚ ਪੋਸਟ ਹੈ ਜੀ ਪੀਜੀਟ ਇੰਗਲਿਸ਼ ਦੀ ਮੈਥਮੈਟਿਕਸ ਦੀ ਕੈਮਿਸਟਰੀ ਫਿਜ਼ਿਕਸ ਕਮਰਸ ਇਸ ਦੇ ਰਿਗਾਰਡਿੰਗ ਜੋ ਇਹਨਾਂ ਨੇ ਕਿਹਾ ਹੈ ਜੀ ਤੁਸੀਂ ਜੋ ਮੇਲ ਦਿੱਤੀ ਗਈ ਹੈ ਸੀਵੀ ਸੈਂਡ ਕਰ ਸਕਦੇ ਹੋ ਦ੍ਰਿਸ਼ਟੀ ਡਾਕਟਰ ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਹੈ ਜੀ ਨਾਰੰਗਵਾਲ ਲੁਧਿਆਣਾ ਇਨਾਂ ਲਈ ਜੋ ਸੈਸ਼ਨ 24 25 ਦੇ ਲਈ ਚਾਹੀਦੀਆਂ ਨੇ ਪੀਜੀਟੀ ਦੇ ਲਈ ਟੀਜੀਟੀ ਦੇ ਲਈ ਪੀਆਰਟੀ ਦੀ ਤੇ ਨੌਨ ਟੀਚਿੰਗ ਵੈਕੈਂਸੀਜ਼ ਨੇ ਤਾਂ ਇਹ ਸਾਂਝੀ ਅੱਜ ਦੀਆਂ ਵੈਕੈਂਸੀਆਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈes ਦੀਆਂ ਜੋ ਫੋਟੋਜ਼ ਨੇ ਪਿਕਸ ਨੇ ਤੁਹਾਨੂੰ ਮੇਰੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਣਗੀਆਂ ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਬਿਲਿੰਗ ਹੋ ਤਾਂ ਤੁਸੀਂ ਕਿਸੇ ਵੀ ਪੋਸਟ ਲਈ ਅਪਲਾਈ ਹੈ ਜੋ ਕਰ ਸਕਦੇ ਹਾਂ ਸੋ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ